ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡੇ ਹੋਸਟ ਐਂਡ ਦੋਸਤ ਐਂਕਰ ਕਾਮ ਦੀ ਸਾਈਟ 'ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਫਰੈਂਡ, ਅਤੇ ਮੇਰੇ ਨਾਲ ਹੈ ਦਾ ਮੋਸਟ ਅਵੇਟਿਡ ਮੂਵੀ ਨੀਮਾ ਸਾਸ ਕੁੜਨੀ 2 ਦੇ ਨੀਸ਼ਾ ਮੈਮ। ਵੈਲਕਮ ਐਂਡ ਸਵਾਗਤ ਮੈਮ। ਥੈਂਕ ਯੂ ਸੋ ਮਚ ਜੀ। ਅਤੇ ਨੀਮਾ ਸਾਸ ਕੁੜਨੀ, ਤੁਸੀਂ ਹੁਣੇ ਕਿਹਾ ਕਿ ਜਦੋਂ ਵੀ ਮੈਂ ਕਿਤੇ ਜਾਂਦੀ ਸੀ ਤਾਂ ਮੈਨੂੰ ਸਭ ਤੋਂ ਪਹਿਲਾਂ ਇਹ ਪੁੱਛਦੇ ਸੀ ਕਿ ਨੀਮਾ ਸਾਸ ਕੁੜਨੀ 2 ਕਦੋਂ ਆ ਰਹੀ ਹੈ, ਅਤੇ ਹੁਣ ਫਾਈਨਲੀ ਆ ਰਹੀ ਹੈ ਤਾਂ ਕਿੱਦਾਂ ਦਾ ਫੀਲ ਹੋਇਆ ਰਾਈਟ ਨਾ? ਹਾਊ ਯੂ ਆਰ ਫੀਲਿੰਗ? ਦੇਖੋ, ਮੈਨੂੰ ਖੁਦ ਨੂੰ ਬਹੁਤ ਵੇਟ ਸੀ ਇਸ ਫਿਲਮ ਦੀ, ਹੈ ਨਾ। ਅਸੀਂ ਸ਼ੂਟ ਵੀ ਕਰ ਲਿਆ, ਰਿਲੀਜ਼ ਵੀ ਕਰਨੀ ਸੀ, ਬਟ ਉਹ ਕੁਛ ਪ੍ਰੋਬਲਮ ਕਰਕੇ ਥੋੜ੍ਹੀ ਪੋਸਟਪੋਨ ਕਰਨੀ ਪਈ। ਅਤੇ ਓਬਵੀਅਸਲੀ ਜਦੋਂ ਕੋਈ ਫਿਲਮ ਹਿੱਟ ਹੁੰਦੀ ਹੈ ਤਾਂ ਐਕਸਾਈਟਡ ਹੁੰਦੇ ਹਾਂ ਆਪਾਂ ਪਾਰਟ 2 ਦੇ ਲਈ, ਅਤੇ ਬਾਕੀ ਪਾਰਟ 2 ਬਣੀ ਬਹੁਤ ਸੋਹਣੀ ਆ, ਅਤੇ ਮੈਂ ਪਰਸਨਲੀ ਐਕਸਾਈਟਡ ਸੀਗੀ, ਅਤੇ ਫਾਈਨਲੀ ਹੁਣ ਅੱਜ ਆਪਣਾ ਟ੍ਰੇਲਰ ਲਾਂਚ ਹੋਇਆ। ਅਤੇ ਜਦੋਂ ਨੀਵੇਂ ਸੱਸ ਕੁੱਟਣੀ ਦੀ ਗੱਲ ਹੁੰਦੀ ਨਾ, ਤਾਂ ਕਈ ਆਡੀਅੰਸ ਨੂੰ ਐਵੇਂ ਲੱਗਦਾ ਕਿ ਸੱਸ ਨੂੰ ਕੁੱਟਣਾ ਵਾਲਾ ਸੀਨ ਵੀ ਕੋਈ ਹੋਊਗਾ ਇਸ ਦੇ ਵਿੱਚ, ਬਿਕੋਜ਼ ਬਹੁਤ ਸਾਰੇ ਕਮੈਂਟਸ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਕਿ ਸੱਸ ਕੁੱਟਣ ਨੂੰ ਮਿਲੂਗੀ ਇਹਦੇ ਵਿੱਚ, ਜਾਂ ਕੀ ਸੀਨ ਹੈ ਉਹ ਥੋੜ੍ਹਾ ਸਸਪੈਂਸ ਆਡੀਅੰਸ ਨੂੰ ਬਰੀਫ ਕਰੋ ਪਲੀਜ਼। ਦੇਖੋ, ਫਸਟ ਦੇ ਵਿੱਚ ਤੁਸੀਂ ਦੇਖਿਆ ਹੀ ਇਹ ਵੀ ਕੁੱਟੀ ਸੀਗੀ, ਅਤੇ ਇਹਦੇ ਵਿੱਚ ਦੇਖੋ ਸਸਪੈਂਸ ਹੀ ਰੱਖਣਾ ਸੀ ਵੀ ਕੁੱਟੀ ਹੈ ਜਾਂ ਨਹੀਂ ਆ, ਬਟ ਉਹ ਇੱਕ ਫਨ ਵੇ ਦੇ ਨਾਲ ਹੀ ਆ, ਹੈ ਨਾ। ਉਹ ਫਿਲਮ ਨਾਲ ਰਿਲੇਟਡ ਚੀਜ਼ ਆ, ਕੁਛ ਇੱਦਾਂ ਨਹੀਂ ਹੈ ਕਿ ਉਹਦੀ ਕੋਈ ਨੈਗੇਟਿਵਿਟੀ ਦਿਖਾਈ ਗਈ ਹੈ ਜਾਂ ਕੁਛ ਵੀ ਆ। ਉਹ ਤਾਂ ਜਿੱਦਾਂ ਬੋਲੀਆਂ ਪੁਰਾਣੀਆਂ ਹੁੰਦੀਆਂ ਸੀ ਨੀ, ਮੈਂ ਸੱਸ ਕੁੱਟਣੀ ਕੁੱਟਣੀ ਸੰਦੂਖਾਂ ਵਾਲੇ, ਉਹ ਚੀਜ਼ਾਂ ਨੂੰ ਲੈ ਕੇ ਥੋੜ੍ਹਾ ਜਿਹਾ ਫਨ ਟਾਈਪ ਬਣਾਇਆ ਹੋਇਆ, ਬਟ ਇੱਦਾਂ ਸੀਰੀਅਸ ਕੋਈ ਕਿਸੇ ਦੀ ਸੱਸ ਨੂੰ ਨਹੀਂ ਕੁੱਟ ਸਕਦਾ। ਬਿਲਕੁਲ। ਅਤੇ ਇਸ ਵਾਰੀ ਨੀਵੇਂ ਸੱਸ ਕੁੱਟਣੀ 2 ਮੂਵੀ ਦੇ ਵਿੱਚ ਕੀ ਨਿਊ ਸਾਡੀ ਆਡੀਅੰਸ ਨੂੰ ਦੇਖਣ ਨੂੰ ਮਿਲੂਗਾ ਜੋ 1 ਦੇ ਵਿੱਚ ਨਹੀਂ ਮਿਲਿਆ? ਦੇਖੋ, ਸਟਾਰ ਕਾਸਟ ਡਿਫਰੈਂਟ ਆ, ਹੈ ਨਾ। ਨਵੇਂ ਨਵੇਂ ਆਰਟਿਸਟ ਆਏ ਹੋਏ ਨੇ ਇਹਦੇ ਵਿੱਚ ਫਿਲਮ ਦੇ ਵਿੱਚ, ਸਟੋਰੀ ਹੈ ਜਿਹੜੀ ਉਹ ਫਰੈਸ਼ ਆ ਬਿਲਕੁਲ, ਆਰਟਿਸਟ ਆਲਮੋਸਟ ਉਹੀ ਨੇ, ਕਰੈਕਟਰ ਸਾਰੇ ਸੇਮ ਨੇ, ਅਤੇ ਬਟ ਗਾਣੇ ਬਹੁਤ ਸੋਹਣੇ ਨੇ, ਅਤੇ ਡਾਇਰੈਕਸ਼ਨ ਹੈ ਜਿਹੜੀ ਉਹ ਮੋਹਿਤ ਜੀ ਨੇ ਕੀਤੀ ਆ, ਅਤੇ ਮਤਲਬ ਜਿਵੇਂ ਆਪਾਂ ਕਹਿ ਦਈਏ ਨਾ ਕਿ ਇਸ ਫਿਲਮ ਦੇ ਉੱਪਰ ਮਿਹਨਤ ਕੀਤੀ ਆ ਸਾਰਿਆਂ ਨੇ, ਜਿੱਦਾਂ ਮੋਹਿਤ ਨੇ ਲਿਖਣ ਵੇਲੇ, ਤਾਂ ਕਿਉਂਕਿ ਤੁਹਾਡੇ ਲਈ ਨਾ ਇੱਕ ਚੈਲੰਜ ਹੋ ਜਾਂਦਾ ਜਦੋਂ 1 ਹਿੱਟ ਹੋ ਜਾਂਦੀ ਹੈ, ਸੈਕਿੰਡ ਤੁਹਾਨੂੰ ਉਸ ਤੋਂ ਵੱਡੀ ਦੇਣੀ ਪਊਗੀ। ਸੋ ਇਸ ਰਿਗਾਰਡਿੰਗ ਉਹਨਾਂ ਨੇ ਕਾਫੀ ਜ਼ਿਆਦਾ ਵਰਕ ਕੀਤਾ ਇਸ ਚੀਜ਼ ਨੂੰ ਲੈ ਕੇ। ਕੀ ਲੱਗਦਾ ਕਿ ਨੀਮਾ ਸੱਸ ਕੁੜਨੀ 2 ਨੂੰ ਕਿੰਨਾ ਪਿਆਰ ਦਈ ਆਡੀਅੰਸ? ਮੈਨੂੰ ਤਾਂ ਲੱਗਦਾ ਜਿੰਨਾ 1 ਨੂੰ ਦਿੱਤਾ ਉਸ ਤੋਂ ਡਬਲ ਦੇਣਾ ਚਾਹੀਦਾ। ਅਤੇ ਸ਼ੂਟਿੰਗ ਦਾ ਟਾਈਮ ਜਿਹੜਾ ਤੁਹਾਡਾ ਸੀ, ਆਈ ਥਿੰਕ ਕਿ ਉਹ ਦੱਸਿਆ ਕਿ ਬਹੁਤ ਲੜਾਕੂ ਵੇ ਦੇ ਵਿੱਚ ਲੰਘਿਆ, ਹੈ ਨਾ, ਤਾਂ ਉਹਦੇ ਉਹ ਮੂਵਮੈਂਟ, ਸਭ ਤੋਂ ਬੈਸਟ ਮੂਵਮੈਂਟ ਕੀ ਸੀ ਸੈੱਟ ਦੇ ਵਿੱਚ ਤੁਹਾਡਾ? ਜਦੋਂ ਇੱਕ ਆਰਟਿਸਟ ਆਪਣੇ ਕਰੈਕਟਰ 'ਚ ਖੋ ਜਾਂਦਾ ਨਾ, ਉਹਦੇ ਲਈ ਬੈਸਟ ਪਾਰਟ ਹੁੰਦਾ। ਅਸੀਂ ਆਪਣੇ ਕਰੈਕਟਰ 'ਚ ਇੰਨਾ ਕੁ ਖੋ ਗਏ ਸੀ, ਸਾਨੂੰ ਲੱਗਦਾ ਸੀ ਕਿ ਉਹਨਾਂ ਦੀ ਏ ਟੀਮ ਹੈ ਅਤੇ ਸਾਡੀ ਬੀ ਟੀਮ ਆ, ਹੈ ਨਾ, ਤਾਂ ਉਹ ਚੀਜ਼ਾਂ ਸਾਨੂੰ ਲੱਗਦੀਆਂ, ਸਾਨੂੰ ਫੀਲ ਹੋਣ ਲੱਗ ਗਿਆ ਸੀ। ਅਸੀਂ ਇਕੱਠੇ ਨਹੀਂ ਸੀ ਬਹਿੰਦੇ ਹੁੰਦੇ, ਪਤਾ ਨਹੀਂ ਤਾਂ ਸਾਡੇ ਸ਼ਾਟ ਡਿਫਰੈਂਟ ਹੁੰਦੇ ਸੀ ਵੀ ਉਹ ਆਪੋਜ਼ਿਟ ਹੁੰਦੇ ਸੀ, ਅਸੀਂ ਇੱਧਰ ਹੁੰਦੇ ਸੀ, ਅਤੇ ਉਹ ਚੀਜ਼ਾਂ ਦਾ ਸਾਨੂੰ ਫੀਲ ਮਤਲਬ ਮਿਲਿਆ ਉਹ ਚੀਜ਼ਾਂ ਨੂੰ ਲੈ ਕੇ, ਅਤੇ ਉਹ ਚੰਗੀ ਗੱਲ ਹੈ ਕਰੈਕਟਰ 'ਚ ਹੋਣਾ। ਜਾਂਦੇ ਜਾਂਦੇ ਮੇਰਾ ਇੱਕ ਕੁਸ਼ਚਨ ਤੁਹਾਡਾ ਤੋਂ ਇਹ ਕਿ ਚਮਕੀਲਾ ਦੇ ਵਿੱਚ ਤੁਹਾਨੂੰ ਦੇਖਿਆ, ਹੈ ਨਾ, ਬਹੁਤ ਖੁਸ਼ੀ ਹੋਈ ਕਿ ਆਪਣਾ ਪੰਜਾਬ ਦੇ ਵਿੱਚ ਲਾਈਕ ਯੂ ਆਰ ਦਾ 1 ਕਿ ਜੋ ਰੀਪ੍ਰਜੈਂਟ ਕਰ ਰਹੇ ਹੋ ਉੱਥੇ ਜਾ ਕੇ, ਅਤੇ ਹੁਣ ਅੱਗੇ ਵੀ ਚਮਕੀਲਾ ਵਰਗੇ ਕੋਈ ਵੱਡੇ ਪ੍ਰੋਜੈਕਟਸ ਤੁਹਾਡੇ ਆ ਰਹੇ ਨੇ? ਬਿਲਕੁਲ, ਚਮਕੀਲਾ ਤੋਂ ਬਾਅਦ ਮੈਨੂੰ 2-3 ਮੂਵੀਜ਼ ਦੀਆਂ ਆਫਰ ਹੋਈਆਂ ਸੀਗੀਆਂ, ਹੈ ਨਾ, ਬਟ ਉਹ ਕੁਛ ਪ੍ਰੋਬਲਮਾਂ ਕਰਕੇ ਮੈਨੂੰ ਕੁਛ ਕਰੈਕਟਰ ਨਹੀਂ ਪਸੰਦ ਆਏ ਜਾਂ ਕਿਸੇ ਵੀ ਰੀਜ਼ਨ ਕਰਕੇ ਮੈਂ ਨਹੀਂ ਕਰ ਪਾਈ, ਅਤੇ ਜੇ ਚਮਕੀਲਾ ਦੀ ਤਰ੍ਹਾਂ ਦੀਆਂ ਹੋਰ ਮੈਨੂੰ ਮੂਵੀਜ਼ ਆਉਣਗੀਆਂ ਤਾਂ ਓਬਵੀਅਸਲੀ ਮੈਂ ਜ਼ਰੂਰ ਕਰੂੰਗੀ। ਥੈਂਕ ਯੂ ਸੋ ਮਚ ਮੈਮ ਗੱਲਬਾਤ ਕਰਨ ਲਈ। ਜਾਂਦੇ ਜਾਂਦੇ ਆਡੀਅੰਸ ਨੂੰ ਕੀ ਕਹਿਣਾ ਚਾਹੋ? ਬਸ ਮੈਂ ਇਹੀ ਕਹੂੰਗੀ ਕਿ ਤੁਸੀਂ ਫਸਟ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਸੱਸ ਕੁੱਟਣੀ 1 ਨੂੰ, ਅਤੇ ਪਲੀਜ਼ ਸਾਰੇ ਜਾਣੇ ਪਾਰਟ 2 ਨੂੰ ਵੀ ਉਨਾ ਹੀ ਜ਼ਿਆਦਾ ਪਿਆਰ ਦਿਓ, ਅਤੇ ਜਿੰਨਾ ਤੁਸੀਂ ਸੋਚਿਆ ਤੁਹਾਡੀਆਂ ਉਮੀਦਾਂ ਤੋਂ ਜ਼ਿਆਦਾ ਮਿਹਨਤ ਸਾਰਿਆਂ ਨੇ ਕੀਤੀ ਹੋਈ ਹੈ, ਅਤੇ ਸਾਰੇ ਜਾਣੇ ਪਾਰਟ 2 ਜ਼ਰੂਰ ਦੇਖਿਆ ਹੈ। ਥੈਂਕ ਯੂ ਜੀ।